ਕਹਿੰਦਾ ਉਸ ਤੋਂ ਮੈਂ ਜਤਿੰਦਰ ਪਾਲ ਸਿੰਘ ਇਸ ਟਾਈਮ ਜੋ ਐਸਐਸ ਪ੍ਰਾਈਵੇਟ ਲਿਮਿਟਡ ਗੱਲ ਕਰਨ ਜਾ ਰਹੇ ਹਾਂ ਜਰਮਨ ਦੀ ਫੈਮਿਲੀ ਰੀਯੂਨੀਅਨ ਵੀਜ਼ਾ ਦੀ। ਆਫਕੋਰਸ ਇਹਦੇ ਵਿੱਚ ਬਹੁਤ ਰਿਫਿਊਜ਼ਲਸ ਵੀ ਆਉਂਦੀਆਂ, ਬੜਾ ਟਫ ਵੀਜ਼ਾ ਵੀ ਲੱਗਦਾ ਲੋਕਾਂ ਨੂੰ, ਬਟ ਇਹ ਵੀਜ਼ਾ ਪਹਿਲੇ ਤਾਂ ਹੈ ਕਿਹਨਾਂ ਲਈ, ਜੇ ਤੁਹਾਡੇ ਸਪਾਊਸ ਇੰਡੀਆ 'ਚ ਰਹਿੰਦੇ ਆ, ਆਈਦਰ ਤੁਸੀਂ ਸਟੂਡੈਂਟ ਵੀਜ਼ਾ ਦਿਓ ਜਾਂ ਵਰਕ ਪਰਮਿਟ ਦਿਓ ਜਾਂ ਉੱਥੋਂ ਦੇ ਪਰਮਾਨੈਂਟ ਰੈਜੀਡੈਂਟ ਹੋ ਜਾਂ ਤੁਸੀਂ ਸਿਟੀ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਸਪਾਊਸ ਨੂੰ ਕਾਲ ਕਰ ਸਕਦੇ ਹੋ। ਪਹਿਲੀ ਗੱਲ ਤਾਂ ਇਹ ਹੈ, ਅਫਕੋਰਸ ਇਹਦੇ ਲਈ ਜਰਮਨ ਲੈਂਗੁਏਜ ਦੀ A1 ਸਰਟੀਫਿਕੇਟ ਮਿਨੀਮਮ ਰਿਕੁਆਇਰਡ ਹੈਗਾ, ਬਟ ਤੁਸੀਂ ਸਟੂਡੈਂਟ ਵੀਜ਼ਾ ਵਰਕ ਪਰਮਿਟ ਜਿੰਨਾ ਵੀ ਹੈਗਾ ਤੁਸੀਂ ਉਹਨਾਂ ਦੇ ਹੈ ਤਾਂ ਤੁਸੀਂ ਆਪਣੇ ਸਪਾਊਸ ਨੂੰ ਬੁਲਾ ਸਕਦੇ ਹੋ। ਕੀ ਇਹਦੀ ਡਾਕੂਮੈਂਟੇਸ਼ਨ ਲੱਗਣੀ ਹੈ, ਕਿੰਨੇ ਕੁ ਇਹਦਾ ਟਾਈਮ ਪ੍ਰੋਸੈਸ ਲੱਗਦਾ, ਇਹ ਸਾਰੇ ਡਿਟੇਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਅਸੀਂ ਇਹਦੇ ਵਿੱਚ ਕੰਮ ਕਰਦੇ ਹਾਂ। ਇਹਦੇ ਵਿੱਚ ਇੱਕ ਹੋਰ ਵੀ ਚੀਜ਼ ਹੈ, ਕਿਉਂਕਿ ਇੰਡੀਆ ਦੇ ਵਿੱਚ ਜਿਹੜੀ ਮੈਰਿਜਸ ਹੋ ਰਹੀਆਂ ਉਹ ਬੜੀਆਂ ਅਲੀਗਲ ਮੈਰਿਜਸ ਹੋ ਰਹੀਆਂ, ਕਿਉਂਕਿ ਬਸ ਬਾਹਰ ਜਾਣਾ ਅਤੇ ਕੰਟੈਕਟ ਮੈਰਿਜ ਦਾ ਜਿਹੜਾ ਨਵਾਂ ਹੀ ਰਿਵਾਜ ਹੈ ਜਿਹੜਾ ਚੱਲਿਆ ਉਹ ਲੋਕਾਂ ਨੇ ਅਡੋਪਟ ਕਰਨਾ। ਸੋ ਜਰਮਨ ਅੰਬੈਸੀ ਇਸ ਦੇ ਪ੍ਰਤੀ ਕਾਫ਼ੀ ਸਟ੍ਰਿਕਟ ਹੈਗੀ ਹੈ। ਸੋ ਅਸੀਂ ਅੰਡਰਸਟੈਂਡ ਕਰਦੇ ਹਾਂ ਉਹਨਾਂ ਦੇ ਰੂਲਸ ਰੈਗੂਲੇਸ਼ਨ ਨੂੰ, ਉਹਨਾਂ ਦੇ ਵੇਅ ਆਫ ਪ੍ਰੋਸੈਸਿੰਗ ਨੂੰ, ਕਿਸ ਤਰੀਕੇ ਨਾਲ ਉਹ ਵੀਜ਼ਾ ਪ੍ਰੋਸੈਸ ਕਰਦੇ ਆ, ਕਿਵੇਂ ਕਰਦੇ ਆ, ਔਰ ਕਿਸ ਕਿਸ ਐਂਗਲ ਤੋਂ ਵੀਜ਼ਾ ਰਿਫਿਊਜ਼ ਕਰਦੇ ਆ। ਜੇ ਵੀਜ਼ਾ ਰਿਫਿਊਜ਼ ਵੀ ਕੀਤਾ ਜਾਂਦਾ ਤਾਂ ਕਿਸ ਲੈਵਲ 'ਤੇ ਅਸੀਂ ਵੀਜ਼ਾ ਆਫਿਸਰ ਦੀ ਉਹਦਾ ਚੈਲੇਂਜ ਕਰਨਾ, ਉਹਦੇ ਡਿਸੀਜ਼ਨ ਨੂੰ, ਔਰ ਉਹਦੀ ਅਪੀਲ ਕਿਵੇਂ ਪ੍ਰੋਸੈਸ ਕਰਨੀ ਹੈ। ਸੋ ਸਟਾਰਟ ਟੂ ਐਂਡ ਤੱਕ ਟਿਲ ਵੀਜ਼ਾ ਤੱਕ ਅਸੀਂ ਕੰਪਲੀਟ ਪ੍ਰੋਸੈਸ ਲੈ ਕੇ ਚੱਲਦੇ ਹਾਂ। ਮੇਨ ਫਾਈਲ ਪ੍ਰੈਜੈਂਟੇਸ਼ਨ, ਜੇ ਵੀਜ਼ਾ ਰਿਫਿਊਜ਼, ਉਸ ਤੋਂ ਬਾਅਦ ਦਾ ਨੈਕਸਟ ਸਟੈਪ ਵੀ ਅਸੀਂ ਉਹਨੂੰ ਇੰਕਲੂਡ ਕਰਕੇ ਚੱਲਦੇ ਹਾਂ। ਸੋ ਜੇ ਤੁਸੀਂ 21 ਸਾਲ ਦੇ ਸਾਡੇ ਐਕਸਪੀਰੀਅੰਸ ਦਾ ਬੈਨੀਫਿਟ ਲੈਣਾ ਚਾਹੁੰਦੇ ਹਾਂ, ਜਰਮਨੀ ਆਪਣੇ ਸਪਾਊਸ ਨੂੰ ਬੁਲਾਉਣਾ ਚਾਹੁੰਦੇ ਹਾਂ, ਹੈ ਨਾ, ਤਾਂ ਤੁਸੀਂ ਸਾਡੇ ਇਹ ਨੰਬਰ ਹੈਗੇ, ਇਹਨਾਂ 'ਤੇ ਕਾਲ ਕਰੋ, ਮੈਨੂੰ ਤੁਸੀਂ ਮਿਲਣਾ ਚਾਹੁੰਦੇ ਆ, ਤੁਸੀਂ ਮੈਨੂੰ ਮਿਲ ਸਕਦੇ। ਮੇਰਾ ਨਾਮ ਜਤਿੰਦਰਪਾਲ ਸਿੰਘ ਹੈ, ਮੈਂ ਕੈਨੇਡਾ ਤੋਂ ਲੋਅ ਕੁਆਲੀਫਾਈਡ ਹੈ ਪਲੱਸ ਸਰਟੀਫਾਈਡ ਐਜੂਕੇਸ਼ਨ ਏਜੰਟ ਕਾਉਂਸਲਰ ਹੈਗਾ, ਔਰ ਲਾਸਟ 21 ਈਅਰ ਤੋਂ ਮੈਂ ਇਮੀਗ੍ਰੇਸ਼ਨ ਲਾਅ ਦੀ ਪ੍ਰੈਕਟਿਸ ਕਰ ਰਿਹਾ। ਸੋ ਪਲੀਜ਼ ਇਸ ਚੈਨਲ ਨੂੰ ਸ਼ੇਅਰ ਵੀ ਕਰੋ, ਸਬਸਕ੍ਰਾਈਬ ਵੀ ਕਰੋ, ਜੇ ਕੋਈ ਵੀ ਤੁਹਾਡਾ ਦੋਸਤ ਮਿੱਤਰ ਹੈ ਤਾਂ ਉਹਨਾਂ ਨੂੰ ਵੀ ਦੱਸੋ ਕਿ ਇਹ ਚੈਨਲ ਉਹਨਾਂ ਲਈ ਜਾਂ ਜਿਹੜਾ ਵੀਡੀਓ ਕਿੰਨਾ ਅਵੇਲੇਬਲ ਹੋ ਸਕਦਾ। ਸਤਿ ਸ਼੍ਰੀ ਅਕਾਲ।